ਬਰਨਾਲਾ ਚ ਤੱਪਾ ਮੰਡੀ ਦੇ ਢਿਲਵਾ ਰੋਡ ਦੇ ਕੋਲ ਲੰਗਰ ਲਗਾਉਣ ਕਾਰਨ ਪੁਲਿਸ ਤੇ ਲੋਕਾਂ ਵਿਚਕਾਰ ਵਿਵਾਦ ਹੋ ਗਿਆ ਤੇ ਪੁਲਿਸ ਤੇ ਭੜਕੇ ਲੋਕਾਂ ਨੇ ਪੱਥਰਬਾਜ਼ੀ ਕੀਤੀ ਅਤੇ ਇਸ ਪੱਥਰਬਾਜ਼ੀ ਚ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ। ਉੱਥੇ ਪੁਲਿਸ ਨੇ ਤਿੰਨ ਲੋਕਾਂ ਨੂੰ ਹਿਰਾਸਤ ਚ ਲੈ ਲਿਆ ਤੇ ਪੂਰੇ ਇਲਾਕੇ ਨੂੰ ਛਾਉਣੀ ਚ ਤਬਦੀਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਲੋਕ ਲੰਗਰ ਲਗਾਉਣ ਵਾਸਤੇ ਕਿੱਕਰ ਦੀ ਲੱਕੜ ਕੱਟ ਰਹੇ ਸੀ, ਜਿਸ ਤੇ ਮੌਕੇ ਤੇ ਆ ਕੇ ਜੰਗਲ ਵਿਭਾਗ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਰੋਕਿਆ ਤਾਂ ਅਧਿਕਾਰੀਆਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਅਤੇ ਮੌਕੇ ਤੇ ਪਹੁੰਚੀ ਪੁਲਿਸ ਤੇ ਲੋਕਾਂ ਵਿਚਕਾਰ ਝਗੜਾ ਹੋ ਗਿਆ। ਉੱਥੇ ਇਸ ਮੌਕੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ 'ਚ ਲੰਗਰ ਲਗਾਉਣ ਲਈ ਕਿੱਕਰ ਕੱਟ ਰਹੇ ਸੀ ਕਿ ਪੁਲਿਸ ਨੇ ਉਹਨਾਂ ਤੇ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ। ਸਰਬਜੀਤ ਕੁੱਟਮਾਰ ਕਰਦਾ ਗਾ, ਉਹਦਾ ਕੁੱਟਮਾਰ ਕਰਨ ਦਾ ਕੋਈ ਹੱਕ ਨਹੀਂ ਸੀ। ਹੁਣ ਵੀ ਕਹਿ ਦਿੰਦਾ ਵੀ ਪਿਆਰ ਨਾਲ ਕਹਿੰਦਾ ਸਾਨੂੰ ਘਰਾਂ 'ਚ ਜਾਓ, ਅਸੀਂ ਜਾਂਦੇ। ਉਹ ਹਵਾ ਕਰਦਾ ਗਾ, ਗੁੰਡਾਗਰਦੀ ਬਣਾ ਰੱਖੀ ਉਹਨਾਂ ਨੇ, ਗੁੰਡਾਗਰਦੀ। ਬੁੜੀਆਂ ਤੱਕ ਡਾਂਗਾ ਮਾਰ ਕੇ ਗਿਆ ਗਾ, ਬੁੜੀਆਂ ਤੱਕ ਡਾਂਗਾ ਮਾਰ ਕੇ ਗਿਆ। ਸਰਬਜੀਤ ਦੀ ਗੁੰਡਾਗਰਦੀ ਚੱਲ ਰਹੀ ਹੈ। ਸਾਰਾ ਇਹ ਹੈਗੀ ਆ, ਕਿੱਕਰ ਵੱਡੀ ਸੀਗੀ ਅਸੀਂ, ਇਹ ਲੰਗਰ ਵਾਸਤੇ ਵੱਡੀ ਸੀਗੀ ਤੇ ਮਤਲਬ ਕਿ ਚੱਲ ਲੰਗਰ ਬਣ ਜੂ, ਗਰੀਬ ਬੰਦੇ ਭੁੱਖੇ ਮਰਦੇ ਕੀ ਕਰਨਗੇ ਜੀ। ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਕੀ ਹੋਇਆ, ਪੁਲਿਸ ਵਾਲਿਆਂ ਨੇ ਸਾਡੇ ਤੇ ਮਤਲਬ ਕਿ ਹਮਲਾ ਕਰਿਆ ਜੀ। ਜਦੋਂ ਹਮਲਾ ਕਰਿਆ, ਦੋ ਚਾਰ ਬੰਦੇ ਸੱਟਾਂ ਵੀ ਮਾਰੀਆਂ ਇਹਨਾਂ ਨੇ, ਸੱਟਾਂ ਮਾਰੀਆਂ ਤੋਂ ਉਸ ਤੋਂ ਬਾਅਦ ਅਸੀਂ ਆਪਦਾ ਜਿੰਨੀਆਂ ਬੁੜੀਆਂ ਬੰਦਿਆਂ ਨੇ ਬੱਟੇ ਚਲਾਉਣੇ ਸ਼ੁਰੂ ਕਰਤੇ, ਆਪਦੀ ਜਾਨ ਬਚਾਉਣ ਦੇ ਮਾਰੇ ਹੋਰ ਕੀ ਕਰਨਗੇ ਜੀ। ਕੀ ਮੰਗ ਕਰਦੇ ਸਰਕਾਰ ਤੋਂ? ਮੰਗ ਤਾਂ ਇਹੀ ਕਰਦੇ ਜੀ ਕਿ ਸਾਨੂੰ ਗਰੀਬ ਬੰਦੇ ਨੂੰ ਖਾਣ ਨੂੰ ਭੇਜਣਾ ਚਾਹੀਦਾ ਕੋਈ ਰਾਸ਼ਨ। ਉੱਥੇ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਲਾਠੀ ਚਾਰਜ ਨਹੀਂ ਹੋਇਆ ਹੈ ਤੇ ਇਹ ਸਾਰੇ ਇਲਜ਼ਾਮ ਬੇਬੁਨਿਆਦ ਨੇ। ਸਾਰੇ ਝੂਠੇ ਨੇ ਜੀ, ਨਾ ਹੀ ਕਿਸੇ ਵੀ ਕਿਸਮ ਦੀ ਇੱਥੇ ਕੋਈ ਐਡੀ ਕੋਈ ਗੱਲ ਨਹੀਂ ਹੋਈ ਵੀ ਜਿਹਨੂੰ ਕੋਈ ਲਾਠੀ ਚਾਰਜ ਤੱਕ ਨੌਬਤ ਆ ਗਈ, ਨਾ ਕਿਸੇ ਦੇ ਮਾਰੀ ਆ ਕਿਸੇ ਨੇ। ਸਿਰਫ ਇਹਨਾਂ ਦਾ ਕੋਈ ਲੱਕੜ ਸੀ, ਕੋਈ ਜੰਗਲਾਤ ਮਹਿਕਮੇ ਵਾਲੀ, ਅਤੇ ਉਹ ਇਹਨਾਂ ਨੇ ਕੱਟ ਲਈ ਸੀ ਲੰਗਰ ਲਈ, ਉਹ ਸਮਝਾ ਵਜਾ ਕੇ ਦੋਵੇਂ ਪਾਰਟੀਆਂ ਨੂੰ ਤੋੜ ਦਿੱਤਾ ਸੀ, ਕੋਈ ਕਿਸੇ ਕਿਸਮ ਦੀ ਕੋਈ ਗੱਲ ਨਹੀਂ। ਜਿਹੜਾ ਪਥਰਾ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਕਿਸੇ ਕੁਛ ਵੀ ਕਿਸੇ ਕੋਈ ਹੈ ਨਹੀਂ ਜੀ, ਜਦੋਂ ਅਸੀਂ ਗਏ ਕੋਈ ਗੱਲ ਆਈ ਸੀ, ਕੋਈ ਸੱਟਾ ਪੇਟਾ ਤਾਂ ਨਹੀਂ ਲੱਗਿਆ, ਮੁਲਾਜ਼ਮਾਂ ਜਾਂ ਕਿਸੇ ਲੋਕਾਂ ਨੂੰ ਦਿੱਤਾ ਸੀਗਾ, ਕੁਛ ਨਹੀਂ। ਸਵੇਰਾ ਟਾਈਮਸ ਲਈ ਬਰਨਾਲਾ ਤੋਂ ਹਿਮਾਂਸ਼ੂ ਦੂਆ ਦੀ ਰਿਪੋਰਟ। All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to saavdan specialist Vashikaran satta number love marriage pati patni ch anban videsh ch pakka hona karobar da na chalna sirf 31 ghantiyan vich samadhan free 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 Mia Rafiq Mohammed mobile 84374 94647 84374 94648।